ਲੋ ਜਾ ਕਲੋ ਜਾ ਦੇਗੂ ਭਰਾ ਬਣ ਕੇ ਵੇਲਾ ਆਇਆ ਕਲੋ ਜਾ ਵੀਡੀਓ ਬਣਾਓ ਬੇਟਾ ਅੱਜ ਅੱਧਾ ਵੀਡੀਓ ਬਣਾ ਨਾ ਗਾਲ ਕੱਢੀ ਨਹੀਂ ਨਾ ਤੂੰ ਹੀ ਨਾ ਵਜਾ ਠੀਕ ਹੈ ਨਾ ਗਾਲ ਨਾ ਕੱਢੀ ਮੈਨੂੰ ਯਾਰ ਖਲੋਤਾ ਭੱਜੋ ਮਗਰ ਭੱਜੋ ਇਹਨਾਂ ਦੇ ਹਾਂ ਪਿੰਦੂ ਦੇ ਵੱਡੇ ਭਰਾ ਦੇ ਦੋਨਾਂ ਮੁੰਡੇ ਹੋਏ ਉਹ ਇੱਕੋ ਜਣਾ ਆਇਆ ਸੀਗਾ ਉਹ ਵੇਖੋ ਛੜੇ ਆਮ ਖਲੋ ਕੇ ਵਿੱਚ ਮੈਂ ਕਿਹਾ ਵੀਡੀਓ ਤਾਂ ਬਣਾਈ ਇਹਨਾਂ ਦੀ ਹਾਂਜੀ ਹਾਂਜੀ ਪਤਾ ਲੱਗੂਗਾ ਹਾਂ ਲੱਗੇ ਸੀ ਨਾਲ ਭਾਜੀ ਉਹਨਾਂ ਤੋਂ 40-45 ਮੁੰਡੇ ਭਾਜੀ ਪਹਿਲਾਂ ਆ ਕੇ ਚੰਗੀ ਰੋਲਾ ਇੱਕ ਬੋਤਲ ਰੋਲਾ ਚਲਾ ਕੇ ਦੁਬਾਰਾ 10 ਮਿੰਟ ਹੋ ਜਾਏ ਸਾਈਕਲ ਉੱਧਰ ਕੇ ਗੱਡੀ ਛੱਡ ਕੇ ਭੱਜ ਕੇ ਗਏ ਭੱਜ ਕੇ ਕਿਆ ਮੋਟਰਸਾਈਕਲ ਮੈਂ ਕੈਮਰਾ ਦੇ ਬੰਦੇ ਲੈ ਕੇ ਅੰਦਰ ਨੂੰ ਭੱਜਿਆ ਹੋਇਆ ਐਵੇਂ ਇਹਨਾਂ ਨੇ ਅੰਦਰ ਨੂੰ ਭੱਜਿਆ ਵਾ ਕਿ ਭਾਜੀ ਇਹ ਦੂਜੇ ਏਰੀਆ ਦੇ ਬੰਦੇ ਆ ਨੇ ਭਾਜੀ ਇਹਨਾਂ ਦੇ ਹੁੰਦੇ ਆ ਮਾਰਦੇ ਆ ਪੁਲਿਸ ਦੀ ਵੇਟ ਕਰਦੇ ਪਏ ਸੀਗੇ ਤੋ ਭਾਜੀ 5 ਮਿੰਟ ਹੀ ਹੋਏ ਆ ਤੁਹਾਨੂੰ ਕਵਰੇਜ ਕਰਨ ਤੋਂ ਬਾਅਦ ਕਵਰੇਜ ਕਰਨ ਤੋਂ ਬਾਅਦ ਨਾ ਨਹੀਂ ਮੈਂ ਹਰਪ੍ਰੀਤ ਭਾਈ ਨੂੰ ਫੋਨ ਫੋਨ ਤੇ ਫੋਨ ਲਾ ਲੈ ਉਹ ਇੱਕਦਮ ਹੀ ਉੱਥੇ ਪੂਰੀ ਮੰਡੀਰੀ ਆ ਗਈ 12 ਵਾਲੇ ਨੇ ਆ ਭਾਜੀ ਆ ਕਿੱਧਰ ਗਏ ਵੀਡੀਓ ਉਹ ਵੀਡੀਓ ਭਾਈ ਤੁਹਾਡੇ ਸਾਹਮਣੇ ਇੱਟਾਂ ਵੱਜੀਆਂ ਤੁਸੀਂ ਕੈਮਰੇ ਛੱਡ ਕੇ ਭੱਜੇ ਜਾ ਕੇ ਨਹੀਂ ਤੁਸੀਂ ਇਸ ਚੀਜ਼ ਦੇ ਗਵਾਹ ਜੇ ਕਿ ਨਹੀਂ ਤੁਸੀਂ ਕਿੱਦਾਂ ਆਪਣੀ ਜਾਨ ਬਚਾ ਕੇ ਅੰਦਰ ਵੜੇ ਦੇ ਠੀਕ ਹੈ ਜੀ ਤੁਹਾਡੇ ਸਾਹਮਣੇ ਮੈਂ ਫੋਨ ਕੀਤਾ ਸੱਚੋ ਸਾਹਿਬ ਨੂੰ ਮੈਂ ਰਿਕੁਐਸਟ ਕੀਤੀ ਭਾਈ ਦੁਬਾਰਾ ਇਹਨਾਂ ਨੇ ਆ ਗਿਆ ਆਹ ਕੰਮ ਕਰ ਜਾਣਾ ਜੇ ਉਹ ਕੰਮ ਹੋ ਗਿਆ ਕਿ ਨਹੀਂ ਤੁਹਾਡੇ ਸਾਹਮਣੇ ਅਸੀਂ ਆਪਣੀ ਆਪ ਤੁਹਾਡਾ ਬੈਗ ਲੈ ਕੇ ਮੈਂ ਭੱਜਣੇ ਆ ਹਲੇ ਉਹ ਜਿਹੜੀ ਸਕੂਟਰੀ ਲੱਗੀ ਸੀ ਨਾ ਜਿਹੜਾ ਤੁਸੀਂ ਨੰਬਰ ਲਿਆ ਵਾ ਉਹ ਸਕੂਟਰੀ ਲੈ ਕੇ ਭੱਜ ਕੇ ਮੇਰੇ ਨਾਲ ਭਾਜੀ ਭੁੱਪਾ ਭੁਪਿੰਦਰ ਸਿੰਘ ਭਾਜੀ ਭਾਜੀ ਇੱਥੇ ਨਾ ਛੋਟੇ ਛੋਟੇ ਬੱਚਿਆਂ ਦੀ ਬੈਸਾ ਵਸਾਈ ਹੋਈ ਸੀ ਇੱਥੇ ਲੋਗੜ ਦਾ ਮੁੰਡਾ ਹੈਗਾ ਪਤਾ ਨਹੀਂ ਕੀ ਨਾਂ ਜੀ ਉਹਦਾ ਉਹ 15-20 ਮੁੰਡੇ ਇਕੱਠੇ ਕਰ ਕੇ ਪਿਛਲਾ ਪੁਛਲ ਲੈ ਕੇ ਆਇਆ ਨਾਲ ਹਥਿਆਰ ਲੈ ਕੇ ਆਇਆ ਉਹਨੇ ਆਉਂਦੇ ਇੱਥੇ ਇੱਟ ਰੋੜਾ ਚਲਾਉਣਾ ਸ਼ੁਰੂ ਕਰਤਾ ਉਹਨੇ ਬੋਤਲਾਂ ਪੂਲੀਆਂ ਇਹ ਸੰਧੂ ਕਲੋਨੀ ਭਾਜੀ ਬਟਾਲਾ ਰੋਡ 'ਤੇ ਕਿੰਨੇ ਕੁ ਜਣੇ ਆਏ ਸੀ ਜੀ
ਉਹ ਭਾਈ 20 ਤੋਂ 25 ਜਣੇ ਹੈਗੇ ਜੀ, ਸਾਰਿਆਂ ਤੋਂ ਹਥਿਆਰ ਬੋਤਲਾਂ ਆਈਆਂ ਸੀ, ਆਹ ਸਾਰੇ ਵੇਲੋ ਸ਼ੀਸ਼ੇ ਸ਼ੀਸ਼ੇ ਸਾਰੇ ਰੋੜੇ ਵੀ ਬੱਚੇ ਜੇ ਵੱਟੇ ਰੋੜੇ ਸਾਡੇ ਆਪ ਇੱਟਾਂ ਰੋੜੇ ਸਿਰ ਤੇ ਵੱਜੇ ਭਾਜੀ ਦੁਕਾਨਾਂ ਵਾਲਿਆਂ ਦੇ ਆਹ ਇੱਕੋ ਸ਼ੀਸ਼ੇ ਸਾਰੇ ਸ਼ੀਸ਼ੇ ਤੋੜੇ ਦੁਕਾਨਾਂ ਜਿਹੜੇ ਬਾਹਰ ਖਲੋਤੇ ਗਾਹਕਾਂ ਦੇ ਭਾਈ ਮੁੰਡਾ ਬਦਮਾਸ਼ ਹੈ ਵਾਲਾ ਉਹਦਾ ਇੱਕ ਵਾਰੀ ਨਹੀਂ ਪਤਾ ਨਹੀਂ ਕਿੰਨੇ ਕੁ ਝਗੜੇ ਉਹਨੇ ਕਰ ਲਏ ਹੋਏ ਆ ਅਗਲੇ ਚੱਲਣ ਦੇ ਆ ਔਰ ਨਾ ਬੰਦੇ ਨੂੰ ਫੜਦੇ ਰਹੇ ਗੋਲੀ ਚਲਾ ਦੇਣ ਲੱਗਾ ਸੀ ਉਹਨੇ ਕੋਈ ਬੰਦਾ ਮਾਰ ਦੇਣਾ ਇੱਥੇ ਭਾਜੀ ਭਾਜੀ ਆਹ ਵੇਖੋ ਇੱਟ ਰੋਲਾ ਕਿੰਨਾ ਖਿਲ ਰਿਹਾ ਆ ਵੇਖੋ ਸਾਰੇ ਆਹ ਵੇਖੋ ਆਹ ਵੇਖੋ ਭਾਜੀ ਇੱਟ ਰੋਲਾ ਕਿੰਨਾ ਖਿਲਾਰਿਆ ਹੋਇਆ ਇਹਨਾਂ ਨੇ ਸਾਰੇ ਸ਼ੀਸ਼ੇ ਤੋੜੇ ਹੋਏ ਸ਼ਟਰ ਬੰਦ ਕੀਤੇ ਹੋਏ ਸਾਰੇ ਭਾਜੀ ਮੋਗੋਪੁਰੇ ਥਾਣੇ ਤਲਾਕ ਕੀਤੀ ਭਾਜੀ ਹਾਲੇ ਤੱਕ ਕੋਈ ਨਹੀਂ ਆਇਆ ਭਾਜੀ।